ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਦੇ ਉੱਪਰ ਤੇ ਅੱਜ ਸਭ ਤੋਂ ਪਹਿਲਾਂ ਆਪਣੇ ਨੰਬਰ ਨੋਟ ਕਰ ਲਓ 73409 45620 ਜੇ ਕਿਸੇ ਵੀ ਵੀਰ ਨੇ ਕੋਈ ਐਡ ਪਵਾਉਣੀ ਹੋਵੇ ਸਾਡੇ ਕੋਲੋਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਦਿੱਤਾ ਪਈਆਂ ਸਰਕਾ ਸਿਰ ਜਿਹੜੀ ਐਡ ਪੈਂਦੀ ਹੈ ਜੀ ਝੋਟੀਆਂ ਦੀ ਮਹੀਆਂ ਪਸ਼ੂਆਂ ਦੀ ਵੀ ਆਪਣੇ ਚੈਨਲਾਂ ਤੇ ਐਡ ਪੈ ਜਾਂਦੀ ਆ ਸੋ ਉਹਦੇ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਆ ਜਾਂਦਾ ਜੀ ਸੋਨਾਲਿਕਾ 35 DI 2009 ਮਾਡਲ ਟਰੈਕਟਰ ਆ ਜੀ 75 ਪੈਸੇ ਟਾਇਰ ਨੇ ਬਹੁਤ ਜਿਆਦਾ ਵਧੀਆ ਟਰੈਕਟਰ ਜਿਹੜਾ ਪਿਆ ਹੋਇਆ ਵਾ ਕੰਮਕਾਰ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਰੇਟ ਰੂਟ ਆ ਜਿਹੜਾ ਉਹਦੇ ਵਿੱਚੋਂ ਵੀ ਘਾਟ ਵਾਧ ਕੀਤੀ ਜਾਊਗੀ ਲੈਸ ਆ ਜਿਹੜਾ ਹੋ ਜਾਊਗਾ ਗੁਰੀ ਗਰੰਟੀ ਹੈ ਜੀ ਬੈਟਰੀ ਨਵੀਂ ਆ ਅਮਰੌਂ ਦੇ ਰਖਾਈ ਹੋਈ ਆ ਫੋਲੋ ਓਕੇ ਕੰਡੀਸ਼ਨ ਦੇ ਵਿੱਚ ਆ ਬਠਿੰਡਾ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੋਇਆ ਪਿੰਡ ਹੈਗਾ ਜੀ ਲੇਰੀ ਪੈਂਡਲ ਏਰੀਆ ਜੀ ਬਠਿੰਡਾ ਏਰੀਆ ਵਾ ਜਿਹੜਾ ਆਪਣੇ ਕੋਲੇ ਪਹੁੰਚਿਆ ਹੋਇਆ ਜੀ ਲੈ ਕੇ ਇਹ ਟਰੈਕਟਰ ਦੀ ਜਿਹੜੀ ਡਿਟੇਲ ਆ ਤੇ ਨੰਬਰ ਨੇ ਜਿਹੜੇ ਟਰੈਕਟਰ ਮਾਲਕ ਵੀਰਾਂ ਦੇ ਵੀਡੀਓ ਦੇ ਵਿੱਚ ਜਿਹੜੇ ਦਿੱਤੇ ਜਾ ਰਹੇ ਨੇ ਫੋਨ ਲਾ ਕੇ ਸੌਦਾ ਜਿਹੜਾ ਕਰ ਸਕਦੇ ਹੋ ਅੱਗੇ ਆ ਜਾਂਦੇ ਆ ਜੀ ਅਰਜੰਟ ਟਰੈਕਟਰ ਆ ਜੀ ਵਿਕਾਊ ਅਰਜੰਟ ਟਰੈਕਟਰ ਵਿਕਾਊ ਆ ਜੀ ਵੇਖ ਸਕਦੇ ਹੋ 2013 ਮਾਡਲ ਆ ਜੀ ਤੇ ਮੈਟ ਮਾਡਲ ਦੇ ਵਿੱਚ ਆ ਜਾਂਦਾ ਮੈਟ ਮਾਡਲ ਯਾਨੀ ਕਿ ਸਾਈਡ ਗੇਅਰ ਵਾਲਾ ਠੀਕ ਹੈ ਜੀ ਮੈਟ ਮਾਡਲ ਟਰੈਕਟਰ ਆ ਜੀ 2014 ਮਾਡਲ ਆ ਜੀ ਆਰ ਸੀ ਤੇ ਬਾਕੀ ਟਾਇਰ ਬਿਲਕੁਲ ਨਵੇਂ ਨੇ 100 ਪੈਸੇ ਟਾਇਰ ਨੇ ਤੇ ਪੰਜਾਬ ਨੰਬਰ ਟਰੈਕਟਰ ਆ ਤੇ 415000 ਰੁਪਇਆ ਜਿਹੜਾ ਟਰੈਕਟਰ ਦੀ ਕੀਮਤ ਆ ਜਿਹੜੀ ਮੰਗੀ ਗਈ ਆ ਬਾਕੀ ਮੌਕੇ ਦੇ ਉੱਪਰ ਘਟਵਾਦ ਕੀਤੀ ਜਾਊ ਗ੍ਰੇਟ ਦੇ ਵਿੱਚੋਂ ਲੈਸ ਹੋ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਵੀਡੀਓ ਦੇ ਵਿੱਚ ਨੇ ਜਿਹੜੇ ਦਿੱਤੇ ਜਾ ਰਹੇ ਨੇ ਫੋਨ ਲਾ ਸਕਦੇ ਹੋ ਤੁਸੀਂ ਸੌਦਾ ਕਰ ਸਕਦੇ ਹੋ ਜਿੰਨਾਂ ਨੂੰ ਟਰੈਕਟਰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਨੇ ਹਾਲਤਰਾ ਪੂਰਾ ਵਧੀਆ ਪਿਆ ਹੋਇਆ ਕਮ ਟਰੈਕਟਰ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਵਾ ਕੇ ਚਲਾ ਕੇ ਚੈੱਕ ਕਰਕੇ ਦੇਣਗੇ ਗਰੰਟੀ ਵਗੈਰਾ ਟੋਟਲ ਜਿਹੜੀ ਕੰਪਲੀਟ ਆ ਜਿਹੜੀ ਮਾਲਕ ਵੀਰਾਂ ਵੱਲੋਂ ਦਿੱਤੀ ਜਾ ਰਹੀ ਆ ਬਾਕੀ ਜਿਨ੍ਹਾਂ ਨੇ ਵੀ ਐਡ ਪਾਉਣੀ ਹੋਵੇ ਸਾਡੇ ਕੋਲ ਤੁਸੀਂ ਫੋਟੋਆਂ ਡਿਟੇਲ ਭੇਜ ਕੇ ਐਡ ਜਿਹੜੀ ਲਗਵਾ ਸਕਦੇ ਹੋ ਅੱਗੇ ਆ ਜਾਂਦਾ ਜੀ ਮੈਸੀ ਟਰੈਕਟਰ ਮੈਸੀ ਟਰੈਕਟਰ ਵਿਕਾਊ ਆ ਜੀ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਜਿਹੜਾ ਪਿਆ ਹੋਇਆ ਵਾ ਮੈਸੀ ਹਾਲਤ ਦਾ ਤੇ 2017 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਨਾਂ ਤੇ ਆ ਨਾਲ ਦੇ ਟਾਇਰ ਹੈਗੇ ਜੀ 65 ਪੈਸੇ 65 ਪੈਸੇ ਟਾਇਰ ਆ ਪਾਵਰ ਸਟੀering ਆ ਡਬਲ ਕਲਚ ਆ ਡਬਲ ਡੈਸਟਰੀਬਿਊਟਰ ਆ ਇੰਜਨ ਗੇਅਰ ਲੈਫਟ ਦਾ ਪੂਰਾ ਵਧੀਆ ਹੋਇਆ ਤੇ ਇੱਕ ਮੇਰੇ ਵੱਲੋਂ ਬੇਨਤੀ ਹੈ ਕਿ ਜਿਹੜੀਆਂ ਐਡਾਂ ਨੇ ਇਹ ਵਾਲੀਆਂ ਜਿਹੜੀਆਂ ਪੁਰਾਣੀਆਂ ਨੇ ਤੇ ਕਿਉਂਕਿ ਵਿਆਹ ਵਿਵਹੇ ਚੱਕਰ ਨਾਲ ਚੱਕਰ ਦੇ ਵਿੱਚ ਵੀ ਐਡਾਂ ਨਹੀਂ ਰੁਕੀਆਂ ਹੋਈਆਂ ਸੀ ਉਹ ਵਿੱਚ ਹੋ ਰਹੀਆਂ ਨੇ ਤੇ ਉਹ ਤੁਸੀਂ ਫੋਨ ਲਾ ਕੇ ਪੁੱਛ ਲਿਓ ਕਿਉਂਕਿ ਉਹ ਟਰੈਕਟਰ ਜਿਹੜੇ ਸੇਲ ਹੋ ਜਾਂਦੇ ਆ ਠੀਕ ਹੈ ਜੀ ਮੁੱਲ ਹੈਗਾ ਜੀ 435000 ਰੁਪਇਆ ਬਾਕੀ ਮਾਲਕਾਂ ਦੇ ਨੰਬਰ ਆ ਜਿਹੜੇ ਵੀਡੀਓ ਦੇ ਵਿੱਚ ਨੇ ਫੋਨ ਲਾ ਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਟਰੈਕਟਰ ਨੂੰ ਖਰੀਦ ਸਕਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਤੇ ਸਾਫ਼ ਸੁੱਤਰੀ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਵਿਕਾਊ ਕੀਤਾ ਗਿਆ ਜੀ ਮਾਲਕ ਵੀਰਾਂ ਵੱ ਦੇ ਵੱਲੋਂ ਅੱਗੇ ਜਾ ਕੇ ਆ ਜਾਂਦਾ ਜੀ ਪ੍ਰੀਤ ਟਰੈਕਟਰ 6049 2000 ਹੈਗਾ ਜੀ 12 ਮਾਡਲ 12 ਮਾਡਲ ਟਰੈਕਟਰ ਹੈ ਜੀ ਬਹੁਤ ਹੀ ਜਿਆਦੇ ਵਧੀਆ ਤੇ ਸਾਫ਼-ਸੁਥਰੀ ਕੰਡੀਸ਼ਨ ਦੇ ਵਿੱਚ ਆ ਪਾਵਰ ਸਟੀering ਆ ਪਾਵਰ ਬ੍ਰੇਕ ਨੇ ਡਬਲ ਕਲੱਚ ਆ ਸਾਈਡ ਗੇਅਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਰੰਗ オリジナル ਆ ਮੁੱਲ ਹੈਗਾ ਜੀ 2,85,000 ਰੁਪਈਆ 2,85,000 ਰੁਪਈਆ ਮੁੱਲ ਆ ਪੂਰਾ ਵਧੀਆ ਪਿਆ ਹੋਇਆ ਕੰਮ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਵਾਹ ਕੇ ਚਲਾ ਕੇ ਚੈੱਕ ਕਰਕੇ ਜਿਹੜਾ ਆਪਾਂ ਖਰੀਦ ਸਕਦੇ ਹੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਟਰੈਕਟਰ ਨੂੰ ਖਰੀਦ ਸਕਦੇ ਨੇ ਹਾਲਤ ਦਾ ਜਿਹੜਾ ਪੂਰਾ ਵਧੀਆ ਪਿਆ ਹੋਇਆ ਵਾ ਕੰਮ ਕੋਈ ਨਹੀਂ ਭਾਲਦਾਗਾ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਵੀਡੀਓ ਦੇ ਵਿੱਚ ਜਿਹੜੇ ਮਾਲਕਾਂ ਦੇ ਨੰਬਰ ਦਿੱਤੇ ਜਾ ਰਹੇ ਨੇ ਅੱਗੇ ਜਾ ਕੇ ਆ ਜਾਂਦਾ ਜੀ ਰੂਟਾਵੇਟਰ ਵਿਕਾਊ ਹੈ ਜੀ ਹਰਮਨ ਕੰਪਨੀ ਦਾ ਹਰਮਨ ਕੰਪਨੀ ਦਾ ਰੂਟਾਵੇਟਰ ਹੈ ਜੀ ਬਲੇਡ ਹੈਗਾ 50 ਪੈਸੇ ਜਮਾਂ ਓਕੇ ਹੈ ਜੀ ਡਿਮਾਂਡ ਹੈਗੀ 90000 ਰੁਪਇਆ ਲੋਕੇਸ਼ਨ ਹੈਗੀ ਗੰਗਾ ਨਗਰ ਰਾਜਸਥਾਨ ਲੋਕੇਸ਼ਨ ਹੈਗੀ ਜੀ ਗੰਗਾ ਨਗਰ ਰਾਜਸਥਾਨ ਤੇ ਹਰਮਨ ਕੰਪਨੀ ਦਾ ਰੂਟਾਵੇਟਰ ਹੈ ਜੀ 50 ਪੈਸੇ ਬਲੇਡ ਨੇ ਤੇ ਡਿਮਾਂਡ ਜਿਹੜੀ 90000 ਰੁਪਇਆ ਵਾ ਤੇ ਗੰਗਾ ਨਗਰ ਰਾਜਸਥਾਨ ਦੇ ਵਿੱਚ ਜਿਹੜਾ ਏਰੀਆ ਪੈਂਦਾ ਜੀ ਮਾਲਕਾਂ ਦਾ ਜਿੱਥੇ ਰੂਟਾਵੇਟਰ ਆਪਾਂ ਨੂੰ ਜਿੱਥੋਂ ਦੀ ਐਡ ਆਈ ਹੋਈ ਹੈ ਜੀ ਬਾਕੀ ਫੋਨ ਲਾ ਕੇ ਟੋਟਲ ਸਾਰਾ ਕੁਝ ਕਨਫਰਮ ਜਿਹੜਾ ਕਰ ਸਕਦੇ ਹੋ ਮਾਲਕਾਂ ਨੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਚਲਦੀ ਹੋਈ ਵੀਡੀਓ ਨੂੰ ਸਾਰਿਆਂ ਨੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਵਾਲੀਆਂ ਹੋਰ ਨਵੀਆਂ ਤੋਂ ਨਵੀਆਂ ਵੀਡੀਓਸ ਵੇਖਣ ਦੇ ਲਈ ਤੇ ਅੱਗੇ ਜਾ ਕੇ ਆਪਣੇ ਕੋਲੇ ਆ ਜਾਂਦਾ ਜੀ ਜੌਨੀ ਦਾ ਟਰੈਕਟਰ ਜੌਂਡੀ ਦਾ ਟਰੈਕਟਰ ਆ ਜਾਂਦਾ ਜੀ ਬਹੁਤ ਹੀ ਜ਼ਿਆਦੇ ਵਧੀਆ ਟਰੈਕਟਰ ਪਿਆ ਹੋਇਆ ਵਾ ਦੇਖ ਸਕਦੇ ਜੌਂਡੀ ਦਾ 5310 ਮਾਡਲ ਹੈਗਾ ਜੀ 2008 ਪੰਜਾਬ ਨੰਬਰ ਆ ਜੀ ਚੱਪ ਵਾਲੀ ਕਾਪੀ ਆ ਮਗਰਲੇ ਟਾਇਰ ਨੇ ਵਧੀਆ ਪਏ ਹੋਏ ਨੇ ਨਾਲ ਦੇ ਟਾਇਰ ਨੇ ਜੀ ਮਗਰਲੇ ਅਡਜਸਟੇਬਲ ਹਿੱਸੇ ਵਾਲਾ ਜੀ ਟਰੈਕਟਰ ਆ ਜੀ ਰੇਟ ਆ ਜਿਹੜਾ 445 ਰੇਟ ਆ ਕਾਲੇ ਢੱਡਾ ਵਾਲਾ ਜਿਹਨੂੰ ਆਪਾਂ ਕਹਿ ਰਹੇ ਨੇ ਕਾਲੇ ਢੱਡਾ ਵਾਲਾ ਟਰੈਕਟਰ ਆ ਜੀ ਇਹ ਤੇ ਸੰਗਰੂਰ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੋਇਆ ਸੰਗਰੂਰ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੋਇਆ ਵਾ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਜੌਣੇ ਦਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ 53 ਦਾ 2008 ਮਾਡਲ ਪੰਜਾਬ ਨੰਬਰ ਚੈਪ ਵਾਲੀ ਕਾਪੀ ਹੈ ਜੀ ਮਗਰਲੇ ਟਹਿਰ ਨਾਲ ਦੇ ਨੇ ਜਿਹੜੇ ਆਪਾਂ ਨੂੰ ਲੈ ਕੇ ਆਇਆ ਹੋਇਆ ਜੀ ਜੋ ਵੀ ਡਿਟੇਲ ਇੱਥੇ ਆ ਤੁਹਾਨੂੰ ਸਾਈਡ ਦੇ ਉੱਪਰ ਸ਼ੋ ਹੁੰਦੀ ਹੈ ਨਾ ਜੀ ਇਹ ਬਣੀ ਟਣੀ ਹੁਣ ਆਪਾਂ ਆਪਦੇ ਵੱਲੋਂ ਕੁਝ ਕਾਪੀ ਤੇ ਨਹੀਂ ਲਗਦੇਗੇ ਉਥੋਂ ਕਾਪੀ ਕਰਕੇ ਫੋਟੋਆਂ ਦੇ ਉੱਤੇ ਜਿਹੜੀ ਲਾ ਦਿੰਨੇ ਆ ਠੀਕ ਹੈ ਜੀ ਸੋ ਜੇ ਤੁਸੀਂ ਕੋਈ ਵੀ ਚੀਜ਼ ਰੇਟ ਹੋ ਗਿਆ ਮਾਡਲ ਹੋ ਗਿਆ ਗਲਤ ਭੇਜ ਦਿਓ ਉਹ ਮਾਲਕ ਦੀ ਸਰਦਾਰ ਦੀ ਹੈ ਜੀ ਉਹਦੇ ਵਿੱਚ ਸਾਡਾ ਕੋਈ ਇਲਾਕਾ ਦੇਕਾ ਨਹੀਂ ਬਣਿਆ ਤਣਿਆ ਨੰਬਰ ਜਿਹੜਾ ਕਾਪੀ ਕਰਦੇ ਆ ਉਸੇ ਟਾਈਮ ਸਾਡੇ ਕੋਲ ਆ ਜਾਂਦਾ ਵਾ ਜੋ ਵੀ ਪਲਾਨਰ WhatsApp ਦਾ ਨੰਬਰ ਹੋਵੇ ਚਾਹੇ ਉਹਨਾਂ ਦਾ ਦੂਜਾ ਨੰਬਰ ਹੋਵੇ ਜੇ ਚੀਜ਼ ਸੇਲ ਹੋ ਜਾਂਦੀ ਫਿਰ ਅਸੀਂ ਨੰਬਰ ਉਸੇ ਟਾਈਮ ਲਾ ਦਿੰਦੇ ਆ ਜੇ ਸਾਨੂੰ ਵੀਡੀਓ ਬਣਾਉਂਦੇ ਕੋਈ ਮੈਸੇਜ ਆ ਗਿਆ ਠੀਕ ਹੈ ਜੀ ਜੇ ਸਾਨੂੰ ਵੀਡੀਓ ਬਣਾਉਣ ਤੋਂ ਬਾਅਦ ਮੈਸੇਜ ਆਇਆ ਅਪਲੋਡ ਹੋਈ ਤੋਂ ਉਸ ਤੋਂ ਬਾਅਦ ਚੋਂ ਟਰੈਕਟਰ ਦੀ ਐਡ ਆ ਜਿਹੜੀ ਨਹੀਂ ਲੈਂਦੀਗੀ ਠੀਕ ਹੈ ਜੀ ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਵੀਡੀਓ ਦੇ ਵਿੱਚ ਫਾਰਮ ਟਰੈਕ ਆ ਜਾਂਦਾ ਜੀ 50 ਫਾਰਮ ਟਰੈਕ 50 1998 ਮਾਡਲ ਡ੍ਰੈਕਟਰ ਹੈ ਜੀ ਪੂਰਾ ਵਧੀਆ ਪਿਆ ਹੋਇਆ ਤੇ ਕੰਮ ਵਗੈਰਾ ਵੀ ਓਕੇ ਆ ਯਾਨੀ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕਿ ਮਾਲਕਾਂ ਦੇ ਦੱਸਣ ਅਨੁਸਾਰ ਠੀਕ ਹੈ ਜੀ ਆਲ ਓਕੇ ਆ ਪੂਰੀ ਗਾਰੰਟੀ ਹੈ ਜੀ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ 130000 ਰੁਪਿਆ ਮੁੱਲ ਆ ਜੀ 130000 ਰੁਪਿਆ ਮੁੱਲ ਆ ਜਿਹੜਾ ਮਾਲਕ ਵੀਰਾਂ ਵੱਲੋਂ ਮੰਗਿਆ ਗਿਆ ਵਾ ਬਾਕੀ ਮੌਕੇ ਦੇ ਉੱਪਰ ਘੱਟ ਵੱਧ ਹੋ ਜਾਊਗਾ ਰੇਟ ਦੇ ਵਿੱਚੋਂ ਲੈਸ ਕੀਤਾ ਜਾਊਗਾ ਫੋਨ ਲਾ ਕੇ ਤੁਸੀਂ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਟਰੈਕਟਰ ਖਰੀਦਣਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਖਰੀਦ ਸਕਦੇ ਨੇ ਹਾਲਤ ਦਾ ਜਿਹੜਾ ਟਰੈਕਟਰ ਪੂਰਾ ਵਧੀਆ ਤੇ ਚੰਗੀ ਹਾਲਤ ਦਾ ਟਰੈਕਟਰ ਹੈ ਜੀ ਜਿਹੜਾ ਇਹ ਪਿਆ ਹੋਇਆ ਵਾ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ ਨਿਊ ਹਾਲੈਂਡ ਹੈਗਾ ਜੀ 6 ਮਾਡਲ 6 ਮਾਡਲ ਹੈ ਜੀ ਜਿਹੜਾ ਆਪਾਂ ਨੂੰ ਲੈ ਕੇ ਆਇਆ ਹੋਇਆ ਜੀ 3630 ਅਰਜੈਂਟ ਸੇਲ ਹੈ ਜੀ 90 ਪੈਸੇ ਟਾਇਰ ਆ ਸਿਆੜ ਗੇਰ ਵਾਲਾ ਟਰੈਕਟਰ ਹੈ ਜੀ ਬਾਕੀ ਯੂ ਤੇ ਫੇਵਰ ਬਾਰੇ ਤੁਸੀਂ ਮਾਲਕਾਂ ਨੂੰ ਪੁੱਛ ਸਕਦੇ ਹੋ ਸਾਨੂੰ ਕੁਝ ਵੀ ਜਿਹੜਾ ਨਾਮ ਲੈ ਕੇ ਨਹੀਂ ਆਇਆ ਹੋਇਆ ਆਇਆ ਹੋਇਆ 340000 ਰੁਪਇਆ ਜਿਹੜੀ ਡਿਮਾਂਡ ਆ ਮਗਰਾੜ ਵਗੈਰੇ ਚੰਗੇ ਪਏ ਹੋਏ ਨੇ ਬੰਪਰ ਬੰਪਰ ਬਣ ਗਿਆ ਪਿਆ ਹੋਇਆ ਟਟਾ ਟੱਪਾ ਵੀ ਸੋਨਾ ਪਿਆ ਹੋਇਆ ਤੇ ਸ਼ੂ ਸ਼ੂ ਦਾ ਰੰਗ ਵੀ ਜਿਹੜਾ ਵਧੀਆ ਵਾ ਟਰੈਕਟਰ ਸਾਫ਼ ਆ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦਣ ਦੀ ਜ਼ਿੰਮੇਵਾਰੀ ਹੈ ਜੀ ਤੁਹਾਡੀ ਠੀਕ ਹੈ ਜੋ ਵੀ ਤੁਸੀਂ ਚੈੱਕ ਕਰਨਾ ਹੋਵੇ ਟਰੈਕਟਰ ਦਾ ਚੈੱਕ ਕਰਕੇ ਜੇ ਕਿਸੇ ਦਾ ਸੌਦਾ ਬਣਦਾ ਹੋਵੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਖਾਤਰ ਆ ਪੂਰਾ ਵਧੀਆ ਵਾ ਕੰਮ ਕੋਈ ਨਹੀਂ ਪਾਲਦਾਗਾ ਮੌਕੇ ਦੇ ਉੱਪਰ ਵਾ ਕੇ ਚਲਾ ਕੇ ਚੈੱਕ ਕਰਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੁਜਨ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਇਹਨੂੰ ਖਰੀਦ ਸਕਦੇ ਨੇ ਬਾਕੀ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ ਇੱਥੇ ਤੱਕ ਵੇਖ ਦੇਖੀ ਹੈ ਜਿਨ੍ਹਾਂ ਨੇ ਵੀ ਠੀਕ ਹੈ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ